ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾਣ ਵਾਲੀ ਭਾਰਤੀ ਸਿੱਖ ਸੰਗਤ ਦੇ ਵੀਜ਼ੇ ਵੱਡੀ ਗਿਣਤੀ ਵਿੱਚ ਰੱਦ ਕੀਤੇ ਜਾਣ ਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਜਤਾਇਆ ਹੈ ਐਡਵੋਕੇਟ ਧਾਮੀ ਨੇ ਕਿਹਾ ਇਸ ਗੰਭੀਰ ਮਾਮਲੇ ਸੰਬੰਧੀ ਦਿੱਲੀ ਸਥਿਤ ਪਾਕਿਸਤਾਨ ਦੂਤ ਘਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਾਲੇ ਐਸਜੀਪੀਸੀ ਦਾ ਵਫਦ ਛੇਤੀ ਦਿੱਲੀ ਭੇਜਿਆ ਜਾਵੇਗਾ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਐਤਕੀ 1684 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਅੰਬੈਸੀ ਨੂੰ ਭੇਜੇ ਸੀ ਜਿਨ੍ਹਾਂ ਵਿੱਚੋਂ ਸਿਰਫ 883 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਨੇ ਤੇ 801 ਦੇ ਵੀਜ਼ੇ ਰੱਦ ਕਰ ਦਿੱਤੇ ਨੇ ਯਾਨੀ ਕਿ 50 ਫੀਸਦੀ ਸ਼ਰਧਾਲੂਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਇੱਕ ਸਾਡਾ 3000 ਦਾ ਜਥਾ ਹਰ ਸਾਲ ਜਦੋਂ ਸਾਡਾ ਜਥਾ ਜਾਂਦਾ ਉਹਦੇ ਵਿੱਚ 3000 ਦੇ ਜਥੇ ਜਿੱਦਾਂ ਹੁਣ ਗੁਰਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੁਝ ਜਥੇ ਸਾਡੇ ਛੋਟੇ ਵੀ ਹੁੰਦੇ ਸੀ ਕੁਝ 3-3000 ਦੇ ਆ ਐਤਕੀ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਪਾਕਿਸਤਾਨ ਅੰਬੈਸੀ ਨੂੰ ਵੀ ਅਸੀਂ ਆ ਗਏ ਸੀ ਮਹਿਤਾ ਸਾਹਿਬ ਤੇ ਮੈਂ ਅਸੀਂ ਉਦੋਂ ਵੀ ਉਹਨਾਂ ਨੂੰ ਬੇਨਤੀ ਕਰਕੇ ਆਏ ਸੀ ਐਤਕੀ ਸਾਡੇ 1684 ਸਿਰ ਅਪਲੀਕੇਸ਼ਨਾਂ ਸੀ 80% ਘਟਦੇ ਔਰ ਉਹਦੇ ਵਿੱਚੋਂ 800 ਦੇ ਕਰੀਬ ਜਿਹੜੇ ਉਹ ਕੱਟ ਦਿੱਤੇ ਜੇ ਸਾਡਾ ਮੰਨ ਲਓ ਜਿਹੜਾ ਜੇ 6000 ਦਾ ਕੋਟਾ ਪਾਕਿਸਤਾਨ ਸਰਕਾਰ ਨੇ ਪੂਰਾ ਕਰਨਾ ਤੇ ਪਹਿਲਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3000 ਜਿਹੜੇ ਸਾਡੇ ਜੇ ਹੁਣ 1684 ਗਏ ਉਹਨਾਂ ਚੋਂ ਵੀ 8 ਕੱਟ ਦਿੱਤੇ ਤੇ 800 ਕੱਟ ਦਿੱਤਾ ਤੇ ਮਤਲਬ 800 ਬੰਦਾ ਜਿਹੜਾ ਉਤੋਂ ਦਰਸ਼ਣਾ ਦਦਾਰਿਆਂ ਤੋਂ ਬਾਝਾ ਰਹਿ ਗਿਆ ਸੋ ਉਹਨਾਂ ਤੋਂ ਮੰਗ ਕਰਦੇ ਆ ਵੀ ਸਾਡਾ ਜੱਥਾ ਹੁੰਦਾ ਉਹਦੇ ਵਿੱਚ ਕਿਸੇ ਦੇ ਉਹ ਨਾਂ ਪਾਸਪੋਰਟ ਵੀ ਜੇ ਕੱਟੇ ਜਾਣ ਜਿਹੜੇ ਵੀ ਜੇ ਕੱਟ ਦਿੰਦੇ ਆ ਉਹ ਸਾਰਿਆਂ ਨੂੰ ਜਿੰਨਾ ਵੀ ਸਾਡਾ ਜੱਥਾ ਹੁੰਦਾ ਜੇ 3000 ਦਾ ਨਹੀਂ ਸਾਡਾ ਪੂਰਾ ਤੇ 1684 ਦੇ ਸਾਰਿਆਂ ਨੂੰ ਦਿੱਤੇ ਜਾਣੇ ਚਾਹੀਦੇ ਸੀ ਜੇ 3000 ਤੋਂ ਵੱਧ ਜਾਏ ਫਿਰ ਤਾਂ ਵੀ ਕੱਟਣ ਦਾ ਕੋਈ ਲੱਗਦਾ ਵੀ ਕੱਟਿਆ ਜਾਊਗਾ ਵੀ 3000 ਤੋਂ ਜਿਆਦਾ ਸੀ ਸੋ ਇਹ ਪਾਕਿਸਤਾਨ ਸਰਕਾਰ ਤੋਂ ਤੇ ਉਹਨਾਂ ਦੇ ਐਮੈਸਡਰ ਸਾਹਿਬ ਤੋਂ ਵੀ ਇਹ ਮੰਗ ਕਰਦਾ ਕਿ ਆਪਾਂ ਜਦੋਂ ਵੀ 3-4 ਵਾਰੀ ਸਾਡੇ ਜਥੇ ਜਾਂਦੇ ਆ ਉਹਨਾਂ ਦੇ ਵਿੱਚ ਵੀ ਜੇ ਨਾ ਕਟਿਆ ਕਰਨ ਉਹਨਾਂ ਦਾ ਫਿਰ ਕਈਆਂ ਦਾ ਲੋਕਾਂ ਦਾ ਸਾਡੇ ਤੇ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਵੀ ਤੋਕਲਾ ਹੁੰਦਾ ਉਹ ਫਿਰ ਇਹ ਸਮਝਦੇ ਆ ਵੀ ਸ਼ਾਇਦ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਹੈ ਤਾਂ ਸਾਰਾ ਅੰਬੈਸੀ ਦਾ ਕਾਰਜ ਤੇ ਸਰਕਾਰਾਂ ਦੇ ਕਾਰਜ ਆ ਸੋ ਇਸ ਕਰਕੇ ਮੈਂ ਇਹ ਸਰਕਾਰ ਨੂੰ ਵੀ ਬੇਨਤੀ ਕਰਦਾ ਪਾਕਿਸਤਾਨ ਦੀ ਨੂੰ ਕਿ ਸਾਡਾ ਜਥਾ ਜਿੰਨਾ ਹੁੰਦਾ ਪੂਰੇ ਦੇ ਪੂਰੇ ਜਿਹੜੇ ਆ ਵੀਜ਼ਾ ਰਿਲੀਜ਼ ਕਰੇ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਸੰਗਤ ਕੱਲ 25 ਨਵੰਬਰ ਨੂੰ ਪਾਕਿਸਤਾਨ ਦੇ ਲਈ ਰਵਾਨਾ ਹੋਵੇਗੀ ਤੇ ਵਖਵਾ ਗੁਰਤਮਾਂ ਦੀ ਯਾਤਰਾ ਤੋਂ ਬਾਅਦ 4 ਦਸੰਬਰ ਨੂੰ ਵਾਪਸ ਪਰਤੇਗੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੱਲ ਅੰਮ੍ਰਿਤਸਰ ਦੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਵੀ ਮੁਲਾਕਾਤ ਕੀਤੀ ਜੋ ਕੱਲ ਐਸਜੀਪੀਸੀ ਦਫ਼ਤਰ ਪਹੁੰਚੇ ਸਨ ਇੱਥੇ ਪਹੁੰਚਨ ਤੇ ਪੁਲਿਸ ਕਮਿਸ਼ਨਰ ਕੋਲ ਦਾ ਸਨਮ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਵੀ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਕੱਲ ਨੂੰ ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋ ਜਾਵੇਗੀ ਤੇ 27 ਨਵੰਬਰ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਭੋਗ ਪਾਏ ਜਾਣਗੇ ਤੇ ਇਸੇ ਦਿਨ 27 ਨਵੰਬਰ ਨੂੰ ਹੀ ਇੱਥੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਨਗਰ ਕੀਰਤਨ ਦੀ ਆਮਦ ਦੇ ਸਵਾਗਤ ਵਿੱਚ ਪਾਕਿਸਤਾਨ ਦੇ ਮੁ슬लिम ਸ਼ਰਧਾਲੂ ਸੈਦ ਜ਼ਮੀਲ ਅਬਾਸ ਸ਼ਾਹ ਦੇ ਵੱਲੋਂ ਲਗਭਗ 2 ਕਿਲੋਮੀਟਰ ਲੰਬਾ ਲਾਲ ਕਾਲੀਨ ਵੀ ਵਿਛਾਇਆ ਜਾਵੇਗਾ ਤਿੰਨ ਦਿਨਾਂ ਮੁਫਤ ਮੈਡੀਕਲ ਕੈਂਪ ਵੀ ਇੱਥੇ ਲਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਲਈ ਵੋ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਮੱਠੀ ਦੱਸਣ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਤੇ ਅਦਾਲਤ ਨੇ ਪੰਜਾਬ ਤੇ ਹਿਮਾਚਲ ਦੇ ਮੁੱਖ ਸਕੱਤਰਾਂ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸਲਾਹਕਾਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕਿ ਵੋਟਰ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਇੰਨੀ ਹੌਲੀ ਕਿਉਂ ਹੈ ਸ਼੍ਰੋਮਣੀ ਕਮੇਟੀ ਵੱਲੋਂ ਪਟੀਸ਼ਨ ਦਾਇਰ ਕਰਦੇ ਹੋਏ ਮਿਸਲ ਸਤਲੁਜ ਵੈਲਫੇਅਰ ਸੁਸਾਇਟੀ ਨੇ ਦੱਸਿਆ ਕਿ ਐਸਜੀਪੀਸੀ ਚੋਣਾਂ ਦੇ ਲਈ ਪੰਜਾਬ ਹਿਮਾਚਲ ਤੇ ਚੰਡੀਗੜ੍ਹ ਦੇ ਵਿੱਚ ਵੋਟਰ ਸੂਚੀ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ ਇਸ ਦੇ ਲਈ ਗੁਰਦੁਆਰਾ ਚੋਣਾ ਦੇ ਮੁਖ ਕਮਿਸ਼ਨਰ ਨੇ ਵੱਖ-ਵੱਖ ਸੂਬਿਆਂ ਦੇ ਕਮਿਸ਼ਨਰਾਂ ਨੂੰ 25 ਮਈ ਨੂੰ ਚਿੱਠੀ ਲਿਖੀ ਸੀ ਤੇ ਉਸ ਸਿੱਟੇ ਮੁਤਾਬਿਕ ਹੀ ਵੋਟਰ ਸੂਚੀ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਐਨੇ ਮਹੀਨੇ ਬੀਤਣ ਦੇ ਬਾਵਜੂਦ ਵੀ ਇਹ ਜਿਹੜੀ ਵੋਟਰ ਸੂਚੀਆਂ ਤਿਆਰ ਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਆਖਿਰਕਾਰ ਇਹ ਇੰਨੀ ਮੱਠੀ ਕਿਉਂ ਹੈ ਨਿਰਧਾਰਿਤ ਮਿਤੀ ਤੋਂ ਬਾਅਦ ਵੀ ਇਹ ਕੰਮ ਸਿਰੇ ਕਿਉਂ ਨਹੀਂ ਚੜ ਸਕਿਆ ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਦੀ ਮਿਤੀ 15 ਨਵੰਬਰ ਤੋਂ ਵਧਾ ਕੇ ਫਰਵਰੀ 2024 ਕਰ ਦਿੱਤੀ ਹੈ ਸੋ ਇਸ ਪਟੀਸ਼ਨ ਤੇ ਹਾਈ ਕੋਰਟ ਨੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਤੇ ਪੰਜਾਬ ਹਿਮਾਚਲ ਦੇ ਮੁੱਖ ਸਕੱਤਰਾਂ ਸਮੇਤ ਚੋਣ ਕਮਿਸ਼ਨਰਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਨੋਟਿਸ ਜਾਰੀ ਕੀਤਾ ਕਰਕੇ ਜਵਾਬਦਾਰ ਕਰਨ ਦੇ ਹੁਕਮ ਦਿੱਤੇ ਨੇ 1993 ਦੇ ਦਿੱਲੀ ਬੰਬ ਧਮਾਕਿਆਂ ਦੇ ਕਥੇ ਦੋਸ਼ੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪ੍ਰੀ ਮੈਚਿਓਰ ਰਿਹਾਈ ਦੀ ਪਟੀਸ਼ਨ ਤੇ ਦਿੱਲੀ ਸਰਕਾਰ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਸਵਾਲ ਖੜੇ ਕੀਤੇ ਨੇ ਹਾਈ ਕੋਰਟ ਨੇ ਭੁੱਲਰ ਦੇ ਵਕੀਲ ਨੂੰ ਪੁੱਛਿਆ ਕਿ ਇਹ ਘਟਨਾ ਦਿੱਲੀ ਵਿੱਚ ਹੋਈ ਸੀ ਤੇ ਸਜ਼ਾ ਦਿੱਲੀ ਦੀ ਅਦਾਲਤ ਨੇ ਦਿੱਤੀ ਸੀ ਤਾਂ ਫਿਰ ਇਸ ਪਟੀਸ਼ਨ ਦੀ ਹਾਈ ਕੋਰਟ 'ਚ ਕਿਵੇਂ ਸੁਣਵਾਈ ਹੋ ਸਕਦੀ ਹੈ ਅਦਾਲਤ ਨੇ ਕਿਹਾ ਕਿ ਜੇ ਇਸ ਸੰਬੰਧੀ ਕੋਈ ਕਾਨੂੰਨ ਹੈ ਤਾਂ 12 ਦਸੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਮੌਕੇ ਅਦਾਲਤ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਵਕੀਲ ਨੇ ਹਾਈ ਕੋਰਟ ਚ ਕਿਹਾ ਸੀ ਕਿ ਅਜਿਹੀ ਪਟੀਸ਼ਨ ਭੁੱਲਰ ਨੂੰ ਦਿੱਲੀ ਹਾਈ ਕੋਰਟ ਚ ਦਾਇਰ ਕਰਨੀ ਚਾਹੀਦੀ ਸੀ ਨਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਚ ਸੁਦੋਮਾ ਪੱਖਾਂ ਨੂੰ ਸੁਣ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਤੇ ਪਾ ਦਿੱਤੀ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਚਾਰਾਜੋਈ ਕਰ ਰਹੀ ਹੈ ਉਥੇ ਹੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਹੋਰ ਅਹਿਮ ਮੀਟਿੰਗ ਹੋ ਰਹੀ ਹੈ ਸਿੱਖ ਲੀਡਰ ਭਾਈ ਜਸਵੀਰ ਸਿੰਘ ਰੋਡੇ ਨੇ ਦੱਸਿਆ ਹੈ ਕਿ ਰਿਹਾਈ ਨੂੰ ਲੈ ਕੇ ਉਹਨਾਂ ਦੇ ਪਿੰਡ ਰੋਡੇ ਦੇ ਵਿੱਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਉਹਨਾਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੰਥ ਸੰਘਰਸ਼ ਕਰ ਰਿਹਾ ਪਰ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਦੇ ਕੰਨਾਂ ਤੇ ਜੂੰਸ ਸਰਕ ਰਹੀ ਹੈ ਇਹਨਾਂ ਦੀ ਰਿਹਾਈ ਤਾਂ ਦੂਰ ਇਹਨਾਂ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਪੈਰੋਲ ਦਿੱਤੀ ਜਾ ਰਹੀ ਹੈ ਤੇ ਇਹਨਾਂ ਬੰਦੀ ਸਿੰਘਾਂ ਦੇ ਵਿੱਚ ਕਈ ਉਹ ਵੀ ਨੌਜਵਾਨ ਨੇ ਜਿਹੜੇ ਖਾਲਿਸਤਾਨ ਦੇ ਨਾਰੇ ਲਿਖਣ ਕਰਕੇ ਫੜੇ ਗਏ ਸਨ ਰੋਡੇ ਨੇ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਵਿੱਚ ਬੰਦ ਅਜਿਹੇ ਸਾਰੇ ਸਿੰਘਾਂ ਬਾਰੇ ਜਾਣਕਾਰੀ ਉਹਨਾਂ ਦੀ ਜਥੇਬੰਦੀ ਤੱਕ ਪਹੁੰਚਾਈ ਜਾਵੇ ਉਹ ਕਿੱਥੇ ਨੇ ਕਿਹੜੀ ਜੇਲ੍ਹ ਵਿੱਚ ਹਨ ਕਿੰਨਾ ਸਮਾਂ ਹੋਇਆ ਤੇ ਜੇਲ੍ਹ ਦਾ ਸਾਰਾ ਵੇਰਵਾ ਜਸਵੀਰ ਸਿੰਘ ਰੋਡੇ ਨੇ ਮੰਗਿਆ ਹੈ ਤਾਂ ਜੋ ਉਹਨਾਂ ਦੇ ਲਈ ਵੀ ਆਵਾਜ਼ ਕਹਿੰਦੇ ਬੁਲੰਦ ਕਰ ਸਕੀਏ ਇਸ ਸਬੰਧੀ ਵੱਡੇ ਪੱਧਰ ਤੇ ਮਾਰਚ ਕੱਢਣ ਮੋਰਚਾ ਲਾਉਣ ਦਾ ਪ੍ਰੋਗਰਾਮ ਉਲੀਕ ਕਰਨ ਦੇ ਲਈ ਹੀ ਅੱਜ ਪਿੰਡ ਰੋਡੇ ਚ ਮੀਟਿੰਗ ਰੱਖੀ ਗਈ ਹੈ ਸਾਰੀਆਂ ਜਥੇਬੰਦੀਆਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਆਪੋ ਆਪਣੇ ਮਫਾਦਾ ਨੂੰ ਤਿਆ ਕੇ ਸਮੂਹਿਕ ਤੌਰ ਤੇ ਇਸ ਮੀਟਿੰਗ ਵਿੱਚ ਪਹੁੰਚਣ ਤਾਂ ਜੋ ਦਸੰਬਰ ਦੇ ਪਹਿਲੇ ਹਫਤੇ ਇਸ ਸੰਬੰਧੀ ਕੱਢੇ ਜਾ ਰਹੇ ਵਿਸ਼ਾਲ ਮਾਰਚ ਦੀ ਰੂਪਰੇਖਾ ਤਿਆਰ ਕੀਤੀ ਜਾ ਸਕੇ 28 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ اجلاس ਮਾਨ ਸਰਕਾਰ ਨੇ ਸੱਦਿਆ ਹੈ ਉਸ ਤੋਂ ਪਹਿਲਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਵਿਧਾਇਕਾਂ ਅਤੇ ਵਜ਼ੀਰਾਂ ਦੇ ਨਾਲ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਅੱਜ ਦੁਪਹਿਰੇ ਮੁੱਖ ਮੰਤਰੀ ਇਹਨਾਂ ਸਾਰਿਆਂ ਨੂੰ ਚਾਹ ਪਾਰਟੀ ਦੇਣਗੇ ਤੇ ਇਹ ਕਿਸੇ ਵੀ اجلاس ਤੋਂ ਪਹਿਲਾਂ ਸੱਦੇ ਜਾਣ ਵਾਲੀ ਮੀਟਿੰਗ ਨਹੀਂ ਹੈ ਇੱਕ ਖਾਸ ਮੀਟਿੰਗ ਹੈ ਜ ਜਿਹਦੇ ਵਿੱਚ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਪਤਾ ਲੱਗਿਆ ਕਿ ਮੁੱਖ ਮੰਤਰੀ اجلاس ਤੋਂ ਪਹਿਲਾਂ ਸਾਰੇ ਵਿਧਾਇਕਾਂ ਦੇ ਨਾਲ ਕੁਝ ਨੁਕਤੇ ਸਾਂਝੇ ਕਰਨਾ ਚਾਹੁੰਦੇ ਨੇ ਤੇ ਇਸ ਚਾਹ ਪਾਰਟੀ ਦਾ ਸਮਾਂ ਦੁਪਹਿਰੇ 3 ਵਜੇ ਰੱਖਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੈਂਡਿੰਗ ਬਿੱਲਾਂ ਦੇ ਨਿਵੇੜੇ ਲਈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਪੱਤਰ ਵੀ ਭੇਜ ਰਹੇ ਨੇ ਕੱਲ ਜਿਵੇਂ ਹੀ ਸੁਪਰੀਮ ਕੋਰਟ ਨੇ ਵੈੱਬਸਾਈਟ ਤੇ 10 ਨਵੰਬਰ ਨੂੰ ਸੁਣਾਏ ਗਏ ਵਿਸਥਾਰਤ ਫੈਸਲੇ ਦੀ ਕਾਪੀ ਅਪਲੋਡ ਕੀਤੀ ਤਾਂ ਮੁੱਖ ਮੰਤਰੀ ਦਫ਼ਤਰ ਨੇ ਵੀ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਹਵਾਲੇ ਨਾਲ ਚਿੱਠੀ ਭੇਜਣ ਦੀ ਤਿਆਰੀ ਖਿੱਚ ਲਈ ਹੈ ਇਸ ਦੀ ਪੁਸ਼ਟੀ ਮੁੱਖ ਮੰਤਰੀ ਦਫ਼ਤਰ ਨੇ ਕੀਤੀ ਹੈ ਦੱਸਿਆ ਗਿਆ ਕਿ ਚਿੱਠੀ ਦੇ ਵਿੱਚ ਮੁੱਖ ਮੰਤਰੀ ਰਾਜਪਾਲ ਨੂੰ ਅਪੀਲ ਕਰਨਗੇ ਕਿ ਸੁਪਰੀਮ ਕੋਰਟ ਦੇ 10 ਨਵੰਬਰ ਦੇ ਫੈਸਲੇ ਦੀ ਰੌਸ਼ਨੀ ਵਿੱਚ 19 ਜੂਨ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਾਨੂੰਨੀ ਟੀਮ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਮੁਲਾਂਕਣ ਕਰ ਲਿਆ ਹੈ। ਰਾਜਪਾਲ ਪਰਿਵਾਰੀ ਲਾਲ ਪ੍ਰੋਹਿਤ ਦੇ ਕੋਲ ਜਿਹੜੇ 4 ਪੈਂਡਿੰਗ ਬਿੱਲ ਪਏ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ। ਪਹਿਲਾ ਹੈ ਸਿੱਖ ਗੁਰਦੁਆਰਾ ਸੋਧ ਬਿੱਲ 2023 ਜਿਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਸੀ ਕਿਉਂਕਿ ਇਸ ਬਿੱਲ ਦੇ ਜ਼ਰੀਏ ਪੰਜਾਬ ਸਰਕਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਹੱਕ ਇੱਕ ਚੈਨਲ ਦੀ ਬਜਾਏ ਪੰਜਾਬ ਦੇ ਨਾਲ ਸੰਬੰਧਿਤ ਹਰੇਕ ਚੈਨਲ ਨੂੰ ਦੇਣਾ ਚਾਹੁੰਦੀ ਹੈ। ਦੂਸਰਾ ਬਿਲ ਪੰਜਾਬ ਯੂਨੀਵਰਸਿਟੀ ਲਾਜ਼ ਸੋਧ ਬਿਲ 2023 ਹੈ ਪੰਜਾਬ ਪੁਲਿਸ ਸੋਧ ਬਿਲ 2023 ਤੇ ਪੰਜਾਬ ਅਫੀਲੀਏਟਿਡ ਕਾਲਜਸ ਸੋਧ ਬਿਲ 2023 ਇਹ ਚਾਰੇ ਬਿਲ ਰਾਜਪਾਲ ਸਾਹਿਬ ਕੋਲ ਪੈਂਡਿੰਗ ਪਏ ਨੇ ਰਾਜਪਾਲ ਕੋਲ ਤਿੰਨ ਬਦਲ ਮੌਜੂਦ ਨੇ ਜਾਂ ਤਾਂ ਉਹ ਇਹਨਾਂ ਬਿੱਲਾਂ ਨੂੰ ਪ੍ਰਵਾਨ ਕਰ ਸਕਦੇ ਨੇ ਦੂਸਰਾ ਰਾਸ਼ਟਰਪਤੀ ਕੋਲ ਭੇਜ ਸਕਦੇ ਨੇ ਤੇ ਤੀਸਰਾ ਇਹਨਾਂ ਬਿੱਲਾਂ ਨੂੰ ਪੰਜਾਬ ਸਰਕਾਰ ਕੋਲ ਕੋਈ ਵੀ ਇਤਰਾਜ਼ ਲਾ ਕੇ ਵਾਪਸ ਭੇਜ ਸਕਦੇ ਨੇ ਪਰ ਮੰਨਿਆ ਜਾ ਰਿਹਾ ਹੈ ਕਿ ਰਾਜਪਾਲ ਸਾਹਿਬ ਪਹਿਲੇ ਬਦਲ ਨੂੰ ਚੁਣਨਗੇ ਯਾਨੀ ਕਿ ਇਹਨਾਂ ਸਾਰੇ ਬਿੱਲਾਂ ਨੂੰ ਪ੍ਰਵਾਨ ਕਰਨਗੇ ਕਿਉਂਕਿ 10 ਨਵੰਬਰ ਨੂੰ ਰਾਜਪਾਲ ਅਤੇ ਪੰਜਾਬ ਸਰਕਾਰ ਦੇ ਦਰਮਿਆਨ ਚੱਲ ਰਹੇ ਰੇੜਕੇ ਦੇ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇੱਕ ਤਰੀਕੇ ਨਾਲ ਦੋਵੇਂ ਧਿਰਾਂ ਨੂੰ ਝਾੜ ਪਾਈ ਸੀ ਖਾਸ ਤੌਰ ਤੇ ਰਾਜਪਾਲ ਸਾਹਿਬ ਨੂੰ ਖਿੱਚ ਜਾ ਗਿਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਤੇ ਰਾਜਪਾਲ ਦੇ ਸਬੰਧਾਂ ਵਿਚਾਲੇ ਖਟਾਸ ਘਟਨੀ ਸ਼ੁਰੂ ਹੋਈ ਹੈ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਵੀ ਆਪਣੇ ਰੁਖ ਚ ਨਰਮੀ ਦਿਖਾਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿધાન ਸਭਾ ਦਾ ਸਰਦ ਰੁੱਤ اجلاس ਸੱਦ ਲਿਆ ਜਿਸ ਨੂੰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਸੁਪਰੀਮ ਕੋਰਟ ਦਾ ਜਿਹੜਾ 10 ਨਵੰਬਰ ਨੂੰ ਫੈਸਲਾ ਆਇਆ ਸੀ ਉਸ ਦੇ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 200 ਤਹਿਤ ਪੈਂਡਿੰਗ ਬਿੱਲਾਂ ਦੇ ਨਿਵੇੜੇ ਬਾਰੇ ਵੀ ਹਦਾਇਤ ਕੀਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਰਾਜਪਾਲ ਪੈਂਡਿੰਗ ਬਿਲਾ ਦਾ ਨਿਵੇੜਾ ਛੇਤੀ ਕਰਨਗੇ ਤੇ ਪੰਜਾਬ ਵਿਧਾਨ ਸਭਾ ਦੇ ਆਉਣ ਵਾਲੇ اجلاس ਦੇ ਵਿੱਚ ਆਪੋ ਆਪਣੇ ਹਲਕਿਆਂ ਨਾਲ ਸਬੰਧਿਤ ਸਵਾਲ ਚੁੱਕਣ ਦੀ ਤਿਆਰੀ ਕਰ ਰਹੇ ਵਿਧਾਇਕਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਵਿਧਾਨ ਸਭਾ ਪੰਜਵਾਂ اجلاس ਕਰੀਬ 8 ਦਿਨ ਪਹਿਲਾਂ ਸਦਨ ਦਾ ਐਲਾਨ ਕਰ ਦਿੱਤਾ ਜਿਸ ਕਾਰਨ ਵਿਧਾਇਕਾਂ ਲਈ ਪ੍ਰਸ਼ਨ ਕਾਲ ਦੌਰਾਨ ਆਪਣੇ ਹਲਕਿਆਂ ਨਾਲ ਸੰਬੰਧਿਤ ਮੁੱਦਿਆਂ ਨੂੰ ਚੁੱਕਣਾ ਤੇ ਸੂਬਾ ਸਰਕਾਰ ਤੋਂ ਉਨਾ ਬਾਰੇ ਸਪਸ਼ਟਿਕਰਨ ਮੰਗਣਾ ਅਸੰਭਵ ਹੋ ਗਿਆ ਵਿਧਾਨ ਸਭਾ ਦੇ ਨਿਯਮਾਂ ਮੁਤਾਬਿਕ ਵਿਧਾਇਕਾਂ ਨੂੰ اجلاس ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਆਪਣੇ ਸਵਾਲ ਵਿਧਾਨ ਸਭਾ ਸਕੱਤਰਤ ਨੂੰ ਭੇਜਨੇ ਜ਼ਰੂਰੀ ਹੁੰਦੇ ਨੇ ਜਿਨ੍ਹਾਂ ਦੀ ਰੂਪਰੇਖਾ ਵਿਧਾਨ ਸਭਾ ਵੱਲੋਂ ਸਰਕਾਰ ਨਾਲ ਸਬੰਧਿਤ ਵਿਭਾਗਾਂ ਨੂੰ ਭੇਜ ਕੇ ਰਿਕਾਰਡ ਸਮੇਤ ਜਵਾਬ ਮੰਗਿਆ ਜਾਂਦਾ ਹੈ ਪ੍ਰਸ਼ਨ ਕਾਲ ਦੌਰਾਨ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਸਬੰਧਤ ਮੰਤਰੀ ਲਈ ਲਾਜ਼ਮੀ ਹੈ ਪਰ ਇਸ ਵਾਰ اجلاس ਦਾ ਕੁਝ ਦਿਨ ਪਹਿਲਾਂ ਹੀ ਐਲਾਨ ਹੋਣ ਕਰਕੇ ਮੈਂਬਰਾਂ ਨੇ ਆਪਣੇ ਸਵਾਲ ਵਿਧਾਨ ਸਭਾ ਸਪੀਕਰ ਨੂੰ ਭੇਜ ਕੇ ਨਿਯਮਾਂ 'ਚ ਢਿੱਲ ਦੇਣ ਦੀ ਬੇਨਤੀ ਕੀਤੀ ਹੈ ਇਸ ਬਾਰੇ ਪੰਜਾਬ ਸਬੈਕ 77 ਰਾਮ ਲੋਖਟਾਨਾ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਧਾਇਕਾਂ ਦੀ ਬੇਨਤੀ ਤੇ ਵਿਧਾਨ ਸਭਾ ਦੇ ਸਪੀਕਰ ਨਿਯਮਾਂ ਨੂੰ ਲੈ ਕੇ ਫੈਸਲਾ ਕਰਨਗੇ 28 ਨਵੰਬਰ ਨੂੰ ਸਵੇਰੇ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਇੱਕ ਵਾਰੀ ਫੇਰ ਰੋਪੜ ਨੰਗਲ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਰੋਪੜ ਦੇ ਸਾਬਕਾ ਐਸਐਸਪੀ ਵਿਵੇਕਸ਼ਿਲ ਸੋਨੀ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਗੰਭੀਰ ਇਲਜ਼ਾਮ ਲਾਇਏ ਨੇ ਕੱਲ ਮਜੀਠੀਆ ਖੁਦ ਪ੍ਰੈਸ ਨੂੰ ਲੈ ਕੇ ਮੀਡੀਆ ਨੂੰ ਲੈ ਕੇ ਰੋਪੜ ਤੇ ਨੰਗਲ ਦੇ ਇਲਾਕੇ ਵਿੱਚ ਮਾਈਨਿੰਗ ਵਾਲੀ ਥਾਂ ਤੇ ਪਹੁੰਚੇ ਅਤੇ ਮਾਈਨਿੰਗ ਵਾਲੀਆਂ ਥਾਵਾਂ ਮੀਡੀਆ ਨੂੰ ਦਿਖਾ ਕੇ ਰਿਕਾਰਡ ਕਰਵਾਈਆਂ ਆਮ ਆਦਮੀ ਪਾਰਟੀ ਤੇ ਦੋਸ਼ ਲਾਉਂਦੇ ਮਜੀਠੀਆ ਨੇ ਕਿਹਾ ਕਿ ਸਰਕਾਰੀ ਛਾਇ ਤੇ ਸਮੁੱਚੇ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਰਾਹੀਂ ਜਿੱਥੇ ਕੁਦਰਤੀ ਸਰੋਤਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ ਉੱਥੇ ਹੀ ਧਰਤੀ ਹੇਠਲੇ ਪਾਣੀ ਦਰਿਆਵਾਂ ਤੇ ਪਹਾੜਾਂ ਦੀ ਹੋਂਦ ਵੀ ਖਤਮ ਕੀਤੀ ਜਾ ਰਹੀ ਹੈ ਤੇ ਸਥਿਤੀ ਇੱਥੇ ਉਸ ਵਕਤ ਹਾਸੂਹੀਣੀ ਬਣ ਗਈ ਜਦੋਂ ਮਰਜੀਠੀਆ ਉੱਥੇ ਮੌਜੂਦ ਸਨ ਮੀਡੀਆ ਦੀ ਟੀਮ ਉੱਥੇ ਮੌਜੂਦ ਸੀ ਤਾਂ ਮੌਕੇ ਤੇ ਹੀ ਇੱਕ ਟਿੱਪਰ ਰੇਤਾ ਭਰਨ ਲਈ ਇਸੇ ਥਾਂ ਤੇ ਆ ਪਹੁੰਚਿਆ ਪਰ ਜਦੋਂ ਚਾਲਕ ਨੇ ਇੱਥੇ ਵਿਕਰਮ ਸਿੰਘ ਮਜੀਠੀਆ ਤੇ মিডিਆ ਨੂੰ ਦੇਖਿਆ ਤਾਂ ਛੇਤੀ ਇੱਥੋਂ ਵਾਪਸ ਭੱਜ ਗਿਆ 172 ਹਦਬਸਤ ਨੰਬਰ ਖੇੜਾ ਕਲਮੋਟ ਨਾਨਗਰਾ ਕਲਮੋਟ ਦੀ ਜਿਹੜੀ ਜ਼ਮੀਨ ਹੈ ਆ ਉਹਦੇ ਕਾਗਜ਼ ਨੇ 29 ਪੇਜ ਟੋਟਲ 29 ਪੇਜ ਨੇ 29 ਸਫੇ ਨੇ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਈਡੀ ਅਟੈਚ ਪ੍ਰਾਪਰਟੀ ਆ ਔਰ ਤੁਸੀਂ ਵੇਖ ਹੀ ਸਕਦੇ ਹੋ ਇੱਥੇ ਮਾਈਨਿੰਗ ਆ ਹਾਲਾਤ ਵੇਖ ਲਓ ਕੀ ਹਾਲਾਤ ਬਣੇ ਆ ਉਹ ਉੱਤੇ ਤੱਕ ਇਹ ਕੋਈ 50 55 ਏਕੜ ਜ਼ਮੀਨ ਹੈ ਜਿਹੜੀ ਈਡੀ ਨੇ ਜ਼ਬਤ ਕੀਤੀ ਹੋਵੇ ਮਗਰ ਸੋਨੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੈਂ ਬਾਰ ਬਾਰ ਸੋਨੀ ਦਾ ਤਾਂ ਜ਼ਿਕਰ ਕਰਦਾ 1.5 ਸਾਲ ਉਹੀ ਰਿਹਾ ਇੱਥੇ ਸਵਾ ਸਾਲ ਔਰ ਉਹਦੀ ਮਿਹਰਬਾਨੀ ਹੈ ਸਾਰੀ ਇਸ ਲਈ ਉਹ ਤੇਰਾ ਕੱਲਾ ਸੀਪੀਆਈ ਦੀ ਨਿਕਵੈਰੀ ਨਹੀਂ ਪੋਚਾਉਣਾ ਜਿੱਥੇ ਪੋਕਲੇਨ ਚੱਲ ਨਹੀਂ ਸਕਦੀ ਉਥੇ ਪੋਕਲੇਨ ਚਲਾ ਦੇਣੀ ਜੀਸੀਬੀ ਅਲਾਉਡ ਨਹੀਂ ਉਥੇ ਜੀਸੀਬੀ ਚਲਾ ਦੇਣੀ ਮਗਰ ਐਸਐਸਪੀ ਸਾਹਿਬ ਨੂੰ ਕੁਝ ਨਹੀਂ ਦਿਸਦਾ ਸੀ ਕੀ ਇਹ ਦਿਸਦਾ ਨਹੀਂ ਸੀ ਬਟਾਲਾ ਤੋਂ ਵੀ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਮਾਈਨਿੰਗ ਨੂੰ ਰੋਕਣ ਲਈ ਗਏ ਨਹਿਰੀ ਵਿਭਾਗ ਦੇ ਬੇਲਦਾਰ ਦਰਸ਼ਨ ਸਿੰਘ ਨੂੰ ਖਤਮ ਕਰ ਦਿੱਤਾ ਗਿਆ ਬਟਾਲਾ ਦੇ ਕੋਟਲਾ ਬੱਜਾ ਸਿੰਘ ਪਿੰਡ ਨੇੜੇ ਹੋ ਰਹੀ ਮਾਈਨਿੰਗ ਨੂੰ ਰੋਕਣ ਦੇ ਲਈ ਬੇਲਦਾਰ ਉਥੇ ਪਹੁੰਚੇ ਸਨ ਪਰ ਜਦੋਂ ਇਹ ਉਹਨਾਂ ਨੂੰ ਰੋਕਣ ਲੱਗੇ ਤਾਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਲੋਕਾਂ ਨੇ ਬੇਲਦਾਰ ਦਰਸ਼ਨ ਸਿੰਘ ਤੇ ਹਮਲਾ ਕਰ ਦਿੱਤਾ ਟਰੈਕਟਰ ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਬੇਲਦਾਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹਸਪਤਾਲ ਲਿਜਾਂਦੇ ਸਮੇਂ ਹੀ ਦਰਸ਼ਨ ਸਿੰਘ ਦੀ ਜਾਨ ਚਲੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੋ ਸਿੱਖ ਵਕੀਲਾ ਹਰਮਿਤ ਸਿੰਘ ਗਰੇਵਾਲ ਤੇ ਦੀਪਿੰਦਰ ਸਿੰਘ ਨਲਵਾ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਿੱਚੋਂ ਨਿਯੁਕਤੀ ਲਈ ਸੁਪਰੀਮ ਕੋਰਟ ਕੌਲੀਜੀਅਮ ਵੱਲੋਂ ਸਿਫਾਰਿਸ਼ ਕੀਤੇ ਜਾਣ ਦੇ ਬਾਵਜੂਦ ਨਿਯੁਕਤੀ ਨਾ ਹੋਣ ਦੇ ਮਾਮਲੇ ਵਿੱਚ ਤੁਰੰਤ ਦਖਲ ਮੰਗਿਆ ਹੈ। ਉਹਨਾਂ ਪੀਐਮ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਖਿਲਾਫ ਇਸ ਅਨਿਆਇ ਤੇ ਫਿਰਕੂ ਵਿਤਕਰੇ ਨੂੰ ਨਿੱਜੀ ਤੌਰ ਤੇ ਦਖਲ ਦੇ ਕੇ ਖਤਮ ਕਰਵਾਉਣ ਭਾਰਤੀ ਪ੍ਰਧਾਨਗੀ ਦੇ ਵਿੱਚ ਪਰਸੋਂ ਜੀ20 ਦੀ ਵਰਚੁਅਲ ਮੀਟਿੰਗ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਜ਼ਰੂਰੀ ਹੈ ਕਾਨੂੰਨ ਦਾ ਰਾਜ ਹੋਵੇ, ਕੌਮਾਂਤਰੀ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਕਿ ਲੋਕ ਰਾਜ ਮਜ਼ਬੂਤ ਹੋਵੇ। ਹਾਲਾਂਕਿ ਟਰੂਡੋ ਨੇ ਭਾਰਤ ਦਾ ਨਾਮ ਤਾਂ ਨਹੀਂ ਲਿਆ ਨਾ ਹੀ ਹਰਦੀਪ ਸਿੰਘ ਨੇਚਰ ਮਾਮਲੇ ਦਾ ਜ਼ਿਕਰ ਕੀਤਾ ਹੈ ਪਰ ਇਹ ਬਿਆਨ ਕਿਤੇ ਨਾ ਕਿਤੇ ਭਾਰਤ ਵੱਲ ਹੀ ਇਸ਼ਾਰਾ ਕਰਦਾ ਹੈ ਕਿਉਂਕਿ ਅਜਿਹੇ ਬਿਆਨ ਜਸਟਿਨ ਟਰੂਡੋ ਪਹਿਲਾਂ ਦਾ ਨਾਮ ਲੈ ਕੇ ਪਹਿਲਾਂ ਦੇ ਚੁੱਕੇ ਨੇ। ਹਰਦੀਪ ਸਿੰਘ ਨਿੱਜਰ ਦੀ ਜਾਨ ਜਾਣ ਤੋਂ ਬਾਅਦ ਜਦੋਂ ਟਰੂਡੋ ਨੇ ਭਾਰਤ 'ਤੇ ਇਲਜ਼ਾਮ ਲਾਉਂਦੇ ਹੋਏ ਜਾਂਚ ਵਿੱਚ ਸਹਿਯੋਗ ਮੰਗਿਆ ਸੀ ਤਾਂ ਇਹੀ ਹਵਾਲਾ ਦਿੱਤਾ ਸੀ ਕਿ ਉਹਨਾਂ ਦੇ ਦੇਸ਼ ਵਿੱਚ ਕਾਨੂੰਨ ਦਾ ਸਖਤੀ ਨਾਲ ਪਾਲਣ ਹੁੰਦਾ ਹੈ ਕਦੇ ਵੀ ਉਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨਾਂ ਦੀ ਧਰਤੀ 'ਤੇ ਉਹਨਾਂ ਦੇ ਦੇਸ਼ ਦੇ ਨਾਗਰਿਕ ਦਾ ਦੂਸਰੇ ਦੇਸ਼ ਤੋਂ ਆ ਕੇ ਕੋਈ ਖਾਤਮਾ ਕਰ ਜਾਵੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਾਸੀ ਹੁਣ ਸੰਭਲ ਕੇ ਹੀ ਗੱਡੀਆਂ ਚਲਾਉਣ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਚੰਡੀਗੜ੍ਹ ਵਾਂਗੂ ਇੱਥੇ ਵੀ ਖੈਰ ਨਹੀਂ ਹੋਵੇਗੀ ਚੰਡੀਗੜ੍ਹ ਵਾਂਗੂ ਮੁਹਾਲੀ ਪ੍ਰਸ਼ਾਸਨ ਨੇ ਵੀ ਈਚ ਲਾਂ ਦਾ ਪ੍ਰਬੰਧ ਕਰ ਲਿਆ ਛੇਤੀ ਹੀ ਸ਼ਹਿਰ ਦੇ 20 ਲਾਈਟ ਪੁਆਇੰਟਾਂ ਤੇ ਕੈਮਰਿਆਂ ਦੀ ਮਦਦ ਨਾਲ ਚਲਾਨ ਕੱਟੇ ਜਾਣਗੇ 850 8.5 ਕਰੋੜ ਦੀ ਲਾਗਤ ਨਾਲ ਕੈਮਰੇ ਲਾਉਣ ਦੇ ਟੈਂਡਰ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਨੇ ਸੈਕਟਰ 688 ਦੇ ਟ੍ਰੈਫਿਕ ਲਾਈਟ ਪੁਆਇੰਟਾਂ ਤੇ ਕੱਲ ਲਾਈਵ ਡੈਮੋ ਵੀ ਦਿੱਤਾ ਪਹਿਲੇ ਪੜਾਅ ਤਹਿਤ ਸ਼ਹਿਰ ਦੇ ਵਿੱਚ ਲਗਭਗ 400 ਹਾਈ ਰੈਜ਼ੋਲੂਸ਼ਨ ਕੈਮਰੇ ਲੱਗਣਗੇ ਕੈਮਰੇ ਲਾਲ ਬੱਤੀ ਜੰਪ ਜ਼ੈਬਰਾ ਕ੍ਰੋਸਿੰਗ ਦੀ ਉਲੰਘਣਾ ਕਰਨ ਤੇ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਤੇ ਨਕੇਲ ਕੱਸਣਗੇ ਮੁਹਾਲੀ ਪ੍ਰਸ਼ਾਸਨ ਦੇ ਮੁਤਾਬਿਕ ਇਨ੍ਹਾਂ ਕੈਮਰਿਆਂ ਦੇ ਨਾਲ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਵੀ ਮਦਦ ਮਿਲੇਗੀ ਚੰਡੀਗੜ੍ਹ ਦੇ ਪੀਜੀਐ ਵਿੱਚ ਭਰਾ ਦੇ ਵੱਲੋਂ ਭੈਣ ਹਰਮੀਤ ਕੌਰ ਨੂੰ ਜ਼ਹਿਰੀਲਾ ਇੰਜੈਕਸ਼ਨ ਲਵਾਉਣ ਦੇ ਮਾਮਲੇ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ ਹਰਮੀਤ ਕੌਰ ਵੀ ਹੁਣ ਹੋਸ਼ ਦੇ ਵਿੱਚ ਆ ਚੁੱਕੀ ਹੈ ਤੇ ਮੁਲਜ਼ਮਾਂ ਤੋਂ ਵੀ ਪੁਲਿਸ ਪੁੱਛਗਿੱਛ ਕਰ ਰਹੀ ਹੈ ਪਤਾ ਲੱਗਿਆ ਕਿ ਇੰਜੈਕਸ਼ਨ ਤਿਆਰ ਕਰਨ ਵਾਲੇ ਭਰਾ ਜਸਮੀਤ ਸਿੰਘ ਉਸਦੇ ਦੋ ਸਾਥੀ ਬੂਟਾ ਸਿੰਘ ਤੇ ਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਜਿਹੜਾ ਇੰਜੈਕਸ਼ਨ ਤਿਆਰ ਕੀਤਾ ਸੀ ਉਹ ਉਹਨਾਂ ਨੇ YouTube ਤੋਂ ਸਿੱਖਿਆ ਸੀ ਇੰਜੈਕਸ਼ਨ ਦੇ ਵਿੱਚ ਕਾਕਰੋਚ ਮਾਰਨ ਵਾਲਾ ਹਿੱਟ ਸੈਨੀਟਾਈਜ਼ਰ ਪੰਜ ਨੀਂਦ ਦੀਆਂ ਗੋਲੀਆਂ ਨੂੰ ਮਿਲਾ ਕੇ ਇਸ ਨੂੰ ਤਿਆਰ ਕੀਤਾ ਗਿਆ ਸੀ ਤੇ ਆਪਣੀ ਭੈਣ ਨੂੰ ਮਾਰਨ ਦੇ ਲਈ ਭਰਾ ਨੇ 10 ਲੱਖ ਦਾ ਸੌਦਾ ਕੀਤਾ ਸੀ ਜਿਸ ਤਹਿਤ 50000 ਰੁਪਏ ਆਪਣੇ ਮਾਮੇ ਬੂਟਾ ਸਿੰਘ ਨੂੰ ਵੀ ਦਿੱਤੇ ਸਨ ਤੇ 10 ਲੱਖ ਰੁਪਇਆ ਇੱਕ ਜਾਂ ਉਹ ਬੰਦਿਆਂ ਨੂੰ ਨਹੀਂ ਬਲਕਿ ਇਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਬਹੁਤ ਸਾਰੇ ਬੰਦਿਆਂ ਦੇ ਵਿੱਚ ਪੈਸੇ ਵੰਡੇ ਗਏ ਸਨ ਪੰਜਾਬ ਵਿਧਾਨ ਸਭਾ ਹਲਕਾ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਕੱਲ੍ਹ ਸ਼ਾਮ ਪੀਜੇ ਤੋਂ ਛੁੱਟੀ ਮਿਲ ਗਈ ਹੈ ਗੱਜਣ ਮਾਜਰਾ ਨੂੰ ਪਿਛਲੇ ਕਈ ਦਿਨਾਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤੋਂ ਖਤੜੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਲੈ ਕੇ ਗੱਜਣ ਮਾਜਰਾ ਬਿਮਾਰ ਹੀ ਚੱਲ ਰਹੇ ਸਨ ਹਾਲ ਤੱਕ ਉਹਨਾਂ ਦਾ ਰਿਮਾਂਡ ਵੀ ਨਹੀਂ ਲਿਆ ਜਾ ਸਕਿਆ ਪੁਲਿਸ ਰਿਮਾਂਡ ਵੀ ਨਹੀਂ ਲਿਆ ਜਾ ਸਕਿਆ ਪੰਜਾਬ ਦੀਆਂ ਖਬਰਾਂ ਚ ਜਾਂਦੇ ਜਾਂਦੇ ਕੁਝ ਹੋਰ ਖਬਰਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਰਾਜਸਥਾਨ ਦੇ ਵਿੱਚ ਕੱਲ ਚੋਣ ਪ੍ਰਚਾਰ ਬੰਦ ਹੋ ਗਿਆ ਤੇ ਕੱਲ ਨੂੰ ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਦੇ ਲਈ ਵੋਟਾਂ ਪਾਈਆਂ ਜਾਣਗੀਆਂ ਮੁੱਖ ਮੁਕਾਬਲਾ ਇੱਥੇ ਕਾਂਗਰਸ ਤੇ ਬੀਜੇਪੀ ਦੇ ਵਿਚਾਲੇ ਹੈ ਇਸ ਵਕਤ ਇੱਥੇ ਕਾਂਗਰਸ ਦੀ ਸਰਕਾਰ ਹੈ ਚੋਣ ਪ੍ਰਚਾਰ ਭਾਵੇਂ ਬੰਦ ਹੋ ਚੁੱਕਿਆ ਪਰ ਉਮੀਦਵਾਰ ਹਾਲੇ ਵੀ ਘਰ ਘਰ ਜਾ ਕੇ ਆਪਣੇ ਪੱਧਰ ਤੇ ਵੋਟਾਂ ਪਾਉਣ ਦੀ ਵੋਟਰਾਂ ਨੂੰ ਅਪੀਲ ਕਰ ਸਕਦੇ ਨੇ ਭਾਰਤ ਸਰਕਾਰ ਛੇਤੀ ਹੀ ਡੀਪ ਫੇਕ ਬਾਰੇ ਨਿਯਮ ਲਿਆ ਰਹੀ ਹੈ ਇਸ ਦੀ ਜਾਣਕਾਰੀ ਕੇਂਦਰੀ ਸੰਚਾਰ ਤੇ ਸੂਚਨਾ ਤਕਨੀਕ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਤੀ ਹੈ ਉਨਾ ਤੱਕ ਕਿ ਸਰਕਾਰ ਅਜੇ ਹੀ ਨਿਯਮਲੇ ਆਨਲਾਈਨ ਦੀ ਤਿਆਰੀ ਕਰ ਰਹੀ ਹੈ ਜਿਸ ਤਹਿਤ ਡੀਪ ਫੇਕ ਬਣਾਉਣ ਵਾਲਿਆਂ ਤੇ ਸਬੰਧਤ ਮੰਚ ਦੋਵਾਂ ਤੇ ਜੁਰਮਾਨਾ ਲਾਇਆ ਜਾ ਸਕੂਗਾ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅਫਗਾਨਿਸਤਾਨ ਦੇ ਵਿੱਚ ਸਖਲਾਈ یافتਾ ਲਸ਼ਕਰੇ ਤੋਇਬਾ ਦੇ ਇੱਕ ਕਮਾਂਡਰ ਸਣੇ ਦੋ دہشت گردਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ਜਦ ਕਿਸ ਤਰ੍ਹਾਂ ਗੋਲੀ ਲੱਗਣ ਕਰਕੇ ਫੌਜ ਦਾ ਇੱਕ ਹੋਰ ਜਵਾਨ ਵੀ ਸ਼ਹੀਦ ਹੋ ਗਿਆ ਮੁਕਾਬਲੇ ਦੇ ਵਿੱਚ ਸ਼ਹਾਦਤ ਪਾਉਣ ਵਾਲੇ ਜਵਾਨਾਂ ਦੀ ਗਿਣਤੀ ਵੱਧ ਕੇ 5 ਹੋ ਗਈ ਹੈ ਜਿਦੇ ਵਿੱਚ ਵਿਸ਼ੇਸ਼ ਬਲਾਂ ਦੇ ਦੋ ਕੈਪਟਨ ਸਣੇ ਚਾਰ ਫੌਜੀ ਸ਼ਾਮਲ ਭਾਰਤੀ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਿੱਧੇ ਹੋਏ ਕੀਤੀਆਂ ਗਈਆਂ ਪਣੌਤੀ ਜੇਬ ਕਤਰਾ ਤੇ ਕਰਜ਼ਾ ਮਾਫੀ ਸੰਬੰਧੀ ਟਿੱਪਣੀਆਂ ਦੇ ਲਈ ਕਾਂਗਰਸ ਲੀਡਰ ਰਾਹੁਲ ਗਾਂਧੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਤੇ ਅੱਜ ਸ਼ਾਮ ਤੱਕ ਇਸ ਦਾ ਜਵਾਬ ਮੰਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ-ਹੌਲੀ ਪੰਜਾਬ 'ਚ ਠੰਡ ਵਧਣ ਵਾਲੀ ਹੈ ਕਿਉਂਕਿ ਕੱਲ ਲਗਾਤਾਰ ਤੀਸਰੇ ਦਿਨ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਬੋਧਵਾਰ ਦੇ ਮੁਕਾਬਲੇ ਵੀਰਵਾਰ ਰਾਤ ਨੂੰ ਸਵੇਰ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ 0.9 ਡਿਗਰੀ ਘੱਟ ਤਾਪਮਾਨ ਦਰਜ ਕੀਤਾ ਗਿਆ। ਫਰੀਦਕੋਟ ਤੇ ਜਲੰਧਰ ਦੇ ਵਿੱਚ ਰਾਤ ਨੂੰ ਸਭ ਤੋਂ ਘੱਟ 9 ਡਿਗਰੀ ਪਾਰਾ ਦਰਜ ਕੀਤਾ ਗਿਆ। ਸਾਹਿਬਜ਼ਾਦਾਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ 21 ਡਿਗਰੀ ਤਾਪਮਾਨ ਦਾ ਫਰਕ ਦੇਖਣ ਨੂੰ ਮਿਲਿਆ ਹੈ। ਇੱਥੇ ਰਾਤ ਦਾ ਤਾਪਮਾਨ 14 ਸੀ ਜਿਹੜਾ ਕਿ 13 ਹੋ ਗਿਆ। ਮੌਸਮ ਵਿਭਾਗ ਦੇ ਮੁਤਾਬਿਕ 30 ਨਵੰਬਰ ਤੱਕ ਪੰਜਾਬ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਇਸੇ ਤਰ੍ਹਾਂ ਦਾ ਹੀ ਮੌਸਮ ਰਹੇਗਾ ਪਰ ਠੰਡ ਲਗਾਤਾਰ ਹੌਲੀ-ਹੌਲੀ ਕਰਕੇ ਵਧਦੀ ਜਾਊਗੀ ਕਿਉਂਕਿ ਤਾਪਮਾਨ ਇੱਕ-ਇੱਕ ਕਰਕੇ ਘਟ ਵੀ ਰਿਹਾ ਹੈ